लो जी बाहर तो अज मीह आ गया। जो मैं आंगनवाड़ी च आई सी उदो मौसम खराब सी, नेरी आई जांदी सीगी ते हुण मीह पै गया। बाला तो नहीं गा, बदल बहुत ज्यादा हैगा। अज की शुरुआत आपां करती बारिश तो। मीह च देखो फुल भी किन्ने सोहने लगते हैं खिड़े। चलो जी मिलाने अंदर सारे नाले, मिलते हैं आप बूटियां। तो पानी जो पै गया ना मीह का तो बहुत वधिया चल पैणगे। आप मनी प्लाट दिखाने सुनो, इनू मैं रख दूंगी इतने थले। देखो कितना वधिया चल रहा ये, जो ये जड़ा ने पकड़ कर ली ना मिट्टी तो फिर बहुत वधिया चलना ये। हेलो चाह पी के हटे सी। हेलो अर्श है? अच्छा गुड मॉर्निंग, थोड़ा ही है हम तो दोपहर। नवी थोड़ी जी हो जाती है तो इधर ये तो महाराणी है, बस सुती पई है मौजे नाल। सौ जा। हेलो जी सत श्री अकाल जी, तुहाडा स्वागत है अपने मालवा ब्लॉग विच। अज गया ते आके फिर मैं ना इधर साढ़े गवांढी बीमार होया पैगा ते उहदे बच्चे नहीं हैगे इत्थे, ते असी गए सीगे कोठे ते अपना सांभ संभाई जी कारण भी बदल हो गए ते उह बेचारा ना बीमार ज्यादा हैगा ते उहदे जवाक इत्थे है नहीं गे, तो तू उठिया नहीं सी जांदा। फिर मैं उहदे जिहड़े नाल वाले घर वाले है उहनां दे सके आ, फिर उहनां नूं मैं आवाज़ दित्ती ते उहनां दे जवाक उहनूं चक के अंदर करके गए फिर बरांडे च करके। ते चलो जी जवाक भी चंगे आ जिन्हां ने उहदी आवाज़ मारी, तो मतलब पहलां भी एक दो वारी आई हो गया सीगा उह। चलो जी फिर हुण अज बनावांगे आपां शैंपू ते कपड़े भी धोणे हैगे। चलो जी मैं देखदी हैगी रात जिहड़े आपां ने भौंते सीगे जल्दी भिजदे नहीं गे हुंदे, ते शिक्का काए दीआं फलियां ते रीठा ते आपां ने पाए सी ओले सुके ते मेथी, वधिया भिज गया सारा कुछ। देखो ते इहनूं आपां कर लांगे ग्रैंड। ते जिहड़े आह वाले हैगे ये भी पोले हो गए, दिखाउंदी आं सानूं ਕਿਵੇਂ ਝੱਗ ਬਣ ਰਹੀ ਹੈ। ਦੇਖੋ ਝੱਗ ਬਣਦੀ ਹੈਗੀ ਤਾਂ ਹੀ ਸਿਰ ਨਿਖਰ ਜਾਂਦਾ ਹੈਗਾ। ਕਈ ਇਹਦੇ ਨਾਲ ਹੀ ਨਹਾਉਂਦੇ ਹੁੰਦੇ ਸੀ, ਆਹ ਦੇਖੋ ਬਲੈਕ ਕਲਰ ਦੀ ਖਿੜਕੀ ਜੀ ਨਿਕਲੂਗੀ ਹੱਸੇਗੀ। ਦੇਖੋ ਕਿੰਨੀ ਝੱਗ ਬਣ ਰਹੀ ਹੈ। ਆਹ ਵਾਲੇ ਬਹੁਤ ਘਰੜੇ ਹੁੰਦੇ ਹੈਗੇ, ਇਹਨੂੰ ਆਪਾਂ ਕੱਢ ਕੇ ਸੁੱਟ ਦਾਂਗੇ ਬਾਹਰ, ਇਹ ਆਪਣੇ ਕੋਈ ਕੰਮ ਦੇਣਗੇ। ਅਤੇ ਚਲੋ ਜੀ ਪਹਿਲਾਂ ਮੈਂ ਕੱਪੜੇ ਧੋਊਂਗੀ ਫਿਰ ਆਪਾਂ ਬਣਾਵਾਂਗੇ ਸ਼ੈਂਪੂ। ਲਓ ਜੀ ਕੱਪੜੇ ਆਪਾਂ ਨੇ ਧੋ ਲਏ ਅਤੇ ਬਾਹਰ ਮੌਸਮ ਖਰਾਬ ਆ, ਬਾਹਰ ਤਾਂ ਪਾ ਨਹੀਂ ਸਕਦੇ ਗੇ, ਕਣੀਆਂ ਆਈ ਜਾਂਦੀਆਂ ਹੈ ਨਾ। ਅੱਛਾ ਕਰਤੇ ਸਾਡੇ ਮੁੰਡੇ ਨੇ ਬੋਲ, ਮੀਂਹ ਆਊਗਾ। ਚੱਲ बाबा आ गया मी। मैं तो सरसों ढाक लिया सी, मैं ना कपड़े सुकने पाउन जानी हैगी, कपड़े भी अज बाले हैगे। चलो इत्थे मैं अंदर तार बन के फिर सुकनी पा दूंगी। लो जी क्रेसी ना बाहर मीह पई जांदा ते देखी जांदी हैगी, दिखाउंदी सानूं चंगी तरह। ਬਾਹਰ ਮੀਂਹ ਪੈਂਦਾ ਤਾਂ ਕਰਕੇ ਇੱਥੇ ਬਹਿ ਗਈ ਮੈਟ 'ਤੇ। ਗ੍ਰੇਸ ਮੀਂਹ ਦੇਖਦਾਂਗਾ ਤੂੰ ਹੈ। ਅਤੇ ਹੁਣ ਮੈਂ ਕੱਪੜੇ ਸੁੱਕਣੇ ਪਾਊਂਗੀ ਅਤੇ ਟੋਕਰੀ ਇੱਥੇ ਮੈਂ ਲਿਆ ਕੇ ਰੱਖ ਲਈ ਅਤੇ ਆਹ ਵਾਲੀ ਆਪਾਂ ਨੇ ਬੰਨ ਲਈ ਤਾਰ, ਥੋੜ੍ਹੇ ਜਿਹੇ ਮੈਂ ਇੱਥੇ ਪਾ ਦੂੰਗੀ। ਥੋੜ੍ਹੇ ਜਿਹੇ ਉੱਪਰ ਦੋ ਤਾਰਾਂ ਬੰਨੀਆਂ ਹੋਈਆਂ ਹੈਗੀਆਂ ਸ਼ੈੱਡ ਦੇ ਵਿੱਚ ਅੰਦਰ, ਅਤੇ ਉੱਥੇ ਪਾ ਆਊਂਗੀ ਮੈਂ। ਅਤੇ ਚਲੋ ਜੀ ਫਿਰ ਪਹਿਲਾਂ ਮੈਂ ਪਾ ਦਾ ਕੱਪੜੇ ਸੁੱਕਣੇ।
ਇੱਥੇ ਹੋਊਗਾ। ਲਓ ਜੀ, ਕੁਛ ਤਾਂ ਮੈਂ ਕੁਰਸੀਆਂ 'ਤੇ ਪਾ ਤੇ ਕੱਪੜੇ ਸੁੱਕਣੇ, ਕੁਛ ਅਲਮਾਰੀ 'ਤੇ ਇੱਕ ਪਜਾਮਾ ਪਾ ਤਾ, ਉਹ ਪਾ ਤੇ ਟੇਚੀਆਂ 'ਤੇ, ਅਤੇ ਉੱਧਰ ਪਾ ਤੇ ਬੈੱਡ ਚਿੱਠੂ 'ਤੇ, ਅਤੇ ਦੂਜੇ ਮੈਂ ਸੁੱਕਣੇ ਪਾ ਕੇ ਆਊਂਗੀ। ਹੈਂ ਗ੍ਰੇਸੀ, ਕੋਠੇ 'ਤੇ ਪਾ ਕੇ ਆਊਂਗੀ ਸੁੱਕਣੇ, ਨਾ ਇੰਨੇ ਪਏ ਹਜੇ, ਅਤੇ ਮੈਂ ਉਹਦੇ 'ਤੇ ਪਾ ਆਊਂਗੀ। ਇੱਕ ਚਾਦਰ ਵੀ ਧੋਤੀ ਸੀ ਮੈਂ ਤਾਂ ਕਰ। ਲਓ ਜੀ, ਐਂ ਪਾ ਤੇ ਮੈਂ ਕੱਪੜੇ, ਆਹ ਦੇਖੋ, ਅਤੇ ਇਸ ਤਰ੍ਹਾਂ ਅੜਿੰਗ ਬੜਿੰਗ ਜਿਹਾ ਕਰਕੇ ਮੇਰੀਆਂ ਹੀ ਬੰਨੀਆਂ ਵੀ ਆ, ਇਹ ਤਾਰਾਂ ਉੱਤੇ ਜਾਲ ਜਿਹਾ ਪਾਇਆ ਹੋਇਆ ਹੈਗਾ, ਅਤੇ ਐਂ ਬਸ ਡੰਗ ਲੈ ਜਾਂਦਾ ਕਿਤੇ, ਲੀੜੇ ਕੱਪੜੇ ਇੱਥੇ ਪਾਏ ਜਾਂਦੇ ਆ। ਬਾਹਰ ਦੇਖੋ ਕਿੱਡਾ ਵਧੀਆ ਲੱਗਦਾ ਗਾ ਮੌਸਮ, ਅੱਜ ਤਾਂ ਵਧੀਆ। ਇਹਦਾ ਇਸੇ ਦਾ ਹੀ ਬਣਨਾ ਸਹੀ ਤਾਂ ਸ਼ੈਂਪੂ, ਅਤੇ ਇਹਨੂੰ ਆਪਾਂ ਜਿਹੜੀਆਂ ਇਹਦੀਆਂ ਕਟੋਲੀਆਂ ਜਿਹੀਆਂ ਆਹ ਵਾਲੀਆਂ, ਇਹ ਆਪਾਂ ਕੱਢ ਕੇ ਰੱਖ ਲਾਂਗੇ, ਅਤੇ ਸਾਰੀਆਂ ਮੈਂ ਪਹਿਲਾਂ ਕੱਢ ਲੈਂਦੀ ਹਾਂ। ਜਿਸਤਾਨੇ ਮੈਂ ਤਾਂ ਪਾਏ ਆ ਗਲਵਜ਼ ਮੈਂ ਤਾਂ ਪਾਏ ਆ ਕਿਉਂਕਿ ਨਾ ਵੀ ਇਹ ਥੋੜ੍ਹਾ ਜਿਹਾ ਰੀਠੇ ਦੇ ਮਤਲਬ ਆਹ ਹੁੰਦਾ ਗਾ, ਝੱਗ ਜੀ ਬਾਹਲੀ ਬਣਦੀ ਹੈ, ਮੈਂ ਕਹਿੰਦੀ ਹੱਥ ਹੁੱਥ ਨਾ ਖਰਾਬ ਹੋ ਜਾਣ, ਅਤੇ ਤਾਂ ਕਰਕੇ। ਚਲੋ ਜੀ, ਪਹਿਲਾਂ ਮੈਂ ਇਹ ਸਾਰੇ ਕੱਟ ਕੇ ਅਤੇ ਫਿਰ ਇਹਨੂੰ ਆਪਾਂ ਗ੍ਰੈਂਡ ਕਰ ਲਾਂਗੇ, ਸਾਰੇ ਕੱਟ ਲਈ ਸਾਰੇ ਵਧੀਆ ਬਣੇ ਪਏ। ਇਹ ਸ਼ੈਂਪੂ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ, ਜੇਕਰ ਝੱਗ ਬਣਦੀ। ਸਵੇਰੇ ਇਹਦੇ ਡੈਡੀ ਨਹਾਤੇ ਵੀ ਸੀ ਨਵੀਂ ਦੇ, ਅਤੇ ਵਧੀਆ ਸਹਿਰਾ ਹੋ ਗਿਆ ਸੀਗਾ। ਦੇਖੀ ਨਵੀਂ ਆਇਆ, ਦਿਖਾਈ ਦੇਖੋ, ਚੱਲ ਸਾਰੀਆਂ ਮੈਂ ਆਹ ਗਿੱਟਾਂ ਹੀ ਕੱਢਤੀਆਂ, ਅਤੇ ਇਹਨੂੰ ਆਪਾਂ ਕਰ ਲਾਂਗੇ ਹੁਣ ਗ੍ਰੈਂਡ। ਤੁਸੀਂ ਇਹ ਫਿਰ ਵੀ ਦੇਖ ਦੇਖ ਕੇ ਪਾਉਣੇ ਹੈਗੇ ਆਹ ਰੀਠੇ ਆ ਜਿਹੜੇ, ਕਿਉਂਕਿ ਜਿਹੜੀ ਇਹਦੇ ਵਿੱਚ ਗੋਲੀ ਜੀ ਨਿਕਲਦੀ ਹੈਗੀ ਉਹ ਨਾ ਕਰੜੀ ਵਾਲੀ ਹੁੰਦੀ ਆ, ਉਹ ਫੁੱਟਦੀ ਨਹੀਂ ਹੈਗੀ, ਅਤੇ ਆਪਾਂ ਇਹਨੂੰ ਕਰ ਲਾਂਗੇ ਹੁਣ ਗ੍ਰੈਂਡ ਕਰਕੇ ਜੀ। ਦੇਖੋ ਝੱਗ ਕਿੰਨੀ ਇਹਦੀ ਹੈ ਨਾ, ਇਹ ਸ਼ੈਂਪੂ ਹੀ ਹੈ ਮੇਰਾ। ਉਹ ਜੀ, ਸਾਰਾ ਪੇਸਟ ਆਪਾਂ ਨੇ ਇਹਦੇ ਵਿੱਚ ਕੱਢ ਲਿਆ, ਅਤੇ ਇਹਦੇ 'ਚ ਵੀ ਮੈਂ ਹੰਘਾਲ ਪਾ ਕੇ ਇਹਦੇ 'ਚ ਪਾ ਦੂੰਗੀ, ਆਹ ਉਹ ਪਾਣੀ ਹੈਗਾ ਜਿਹੜਾ ਇਹਦਾ ਬਚਿਆਗਾ ਉਹ ਵੀ ਪਾ ਦਾਂਗੇ ਇਹਦੇ ਵਿੱਚ, ਝੱਗ ਹੀ ਝੱਗ ਬਣੀ ਜਾਂਦੀ ਇਹਦੀ। ਲਓ ਜੀ, ਜਿਹੜਾ ਆਪਾਂ ਨੇ ਇਹ ਵਾਲਾ ਸ਼ੈਂਪੂ ਮੈਂ ਬਣਾਇਆ ਨਾ, ਇਹ ਜਮਾਂ ਰੀਜਨਲ ਹੈ, ਔਰਗੈਨਿਕ। ਕਈ ਵਾਰੀ ਨਾ ਮੈਨੂੰ ਐਂ ਹੋ ਜਾਂਦਾ ਕੁਛ ਹੋਰ ਹੀ ਨਾ ਬੋਲਦਾ ਮੈਂ, ਅਤੇ ਚਲੋ ਕੋਈ ਗੱਲ ਨਹੀਂ ਜੀ, ਫਿਰ ਆਪਣੀ ਫੈਮਿਲੀ ਨਾਲ ਕਿਤੇ ਐਂ ਵੀ ਹੋ ਜਾਂਦਾ ਗਾ ਨਾ, ਕਈ ਸ਼ਬਦ ਆਪਾਂ ਨੂੰ ਸਹੀ ਨਹੀਂ ਬੋਲੀ ਜਾਂਦੇ ਗੇ। ਅਤੇ ਚਲੋ ਜੀ, ਫਿਰ ਇਹਦੇ ਨਾਲ ਜਦੋਂ ਇਹ ਬਣ ਕੇ ਤਿਆਰ ਹੋ ਗਿਆ, ਕੱਲ੍ਹ ਨੂੰ ਜਾਂ ਫਿਰ ਮੈਂ ਜਦੋਂ ਵੀ ਐਤਵਾਰ ਨੂੰ ਨਹਾਉਂਗੀ ਮੈਂ, ਜਾਂ ਹਰ ਨਵੀਂ ਨੂੰ ਜਾਂ ਹਰਸ਼ ਨੂੰ ਨਹਾਉਂਗੀ ਕਿ ਅਸੀਂ, ਤਾਂ ਮੈਂ ਇਹਦੀ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗੀ, ਅਤੇ ਦਿਖਾਊਂਗੀ ਕਿੰਨੇ ਸਿਲਕੀ ਵਾਲ ਬਣ ਜਾਂਦੇ ਇਹਦੇ ਨਾਲ, ਅਤੇ ਆਪਣਾ ਨਾਲੇ ਜਿਨ੍ਹਾਂ ਦੇ ਵਾਲਾਂ ਦੀ ਗਰੋਥ ਨਹੀਂ ਵੱਧਦੀ ਗੀ, ਵਾਲ ਪਤਲੇ ਹੈ ਵੀ ਉਹ ਨਹੀਂ ਹੁੰਦੇ ਗੇ ਜਿਵੇਂ ਸੰਘਣੇ ਹੋ ਜਾਣਗੇ ਇਹਦੇ ਨਾਲ, ਅਤੇ ਵਾਲਾਂ ਦੀ ਗਰੋਥ ਵੀ ਵਧਣ ਲੱਗ ਜੂ, ਵਾਲਾਂ 'ਚ ਸ਼ੈਨਿੰਗ ਵੀ ਆ ਜੂਗੀ, ਚਮਕ ਵੀ ਆ ਜੂਗੀ, ਅਤੇ ਨਿਖਰਨਗੇ ਵੀ, ਅਤੇ ਵਧਣਗੇ ਵੀ ਬਹੁਤ ਸਾਰੇ ਨਿਖਰਨਗੇ, ਕਿਉਂਕਿ ਉਹ ਨਵੀਂ ਮੈਨੂੰ ਉਹ ਕਰੀ ਜਾਂਦੀ, ਮੈਂ ਕੁਛ ਹੋਰ ਹੀ ਬੋਲ ਦਿੰਦੀ ਹੈਗੀ। ਇਹਦੇ ਨਾਲ ਵਾਲ ਵੀ ਤੁਹਾਡੇ ਵਧਣਗੇ, ਅਤੇ ਤੁਸੀਂ ਬਣਾ ਕੇ ਜ਼ਰੂਰ ਦੇਖਿਓ ਜੀ, ਜਿਨ੍ਹਾਂ ਤੋਂ ਨਹੀਂ ਬਣਦਾ ਅਤੇ ਉਹ ਆਪਣੇ ਤੋਂ ਬਣਵਾ ਸਕਦੇ, ਉਹਦੇ ਵਾਸਤੇ ਕਮੈਂਟ ਮੈਸੇਜ ਕਮੈਂਟ ਇੱਕ ਹੀ ਗੱਲ ਹੈ। ਅਤੇ ਚਲੋ ਜੀ, ਨਵੀਂ ਨੇ ਨਾ ਮੈਂ ਇਹਦੇ ਜੂੜਾ ਕਰਿਆ ਸੀਗਾ ਅੱਜ, ਗੁੱਤਾਂ ਇਹਨੇ ਕਰਵਾਈਆਂ ਨੀਗੀਆਂ, ਅਤੇ ਦੇਖੋ ਇਹਦੇ ਵਾਲ ਇਹਦੇ ਵਾਲੇ ਭਾਰੇ ਆਏ, ਤਾਂ ਨੋਟ ਹੀ ਨਹੀਂ ਆਉਂਦੇ, ਅਤੇ ਇਹਨੇ ਪੋਨੀ ਕਰ ਲਈ ਅੱਜ। ਅਤੇ ਚਲੋ ਜੀ, ਫਿਰ ਹੁਣ ਆਪਾਂ ਇਹਨੂੰ ਬਣਾ ਲਈਏ, ਸ਼ੈਂਪੂ ਨੂੰ ਬਣਾ ਕੇ ਫਿਰ ਆਪਾਂ ਤਿਆਰ ਕਰਕੇ ਹੈ ਨਾ ਕਿਸੇ ਕੱਚ ਦੇ ਭਾਂਡੇ 'ਚ ਪਾ ਲਾਂਗੇ। ਲਓ ਜੀ, ਆਪਣਾ ਸ਼ੈਂਪੂ ਹੈ ਜਿਹੜਾ ਬਣ ਕੇ ਤਿਆਰ ਹੋ ਗਿਆ, ਅਤੇ ਜਿੰਨਾ ਕੱਪ ਨੂੰ ਲੋੜ ਸੀ ਆਪਾਂ ਨੇ ਸੇਕ ਲਵਾ ਲਿਆ, ਅਤੇ ਸ਼ੈਂਪੂ ਆਪਣਾ ਕਾਲਾ ਕਾਲਾ ਹੋ ਗਿਆ। ਛ ਪਤਾ ਨਹੀਂ ਕੀ ਬਣਾਈ ਜਾਂਦਾ ਗਾ, ਕੀ ਬਣਾਉਣਾ ਅਰਸ਼ ਹੈ,
ਇਹ ਨਾ ਪੀਜ਼ਾ ਬਣਾਉਣ ਸਿੱਖਿਆ ਹੋਇਆ ਤੇ ਪੀਜ਼ਾ ਨਾ ਸਾਨੂੰ ਮੁੱਲ ਲਿਆ ਕੇ ਦਿੰਦਾ ਬਣਾ ਕੇ ਨਹੀਂ ਦਿੰਦਾ ਘਰੇ ਜੇ ਮੈਨੂੰ ਆਉਂਦਾ ਹੋਵੇ ਨਾ ਤੇ ਮੈਂ ਤਾਂ ਮਿੰਟ 'ਚ ਬਣਾ ਦਾ ਹੁਣ ਆਹ ਪਤਾ ਨਹੀਂ ਕੀ ਬਣਾਈ ਜਾਂਦਾ ਮੰਮਾ ਗੱਲ ਸੁਣੀ ਮੈਂ ਕਾਫੀ ਪੀਣੀ ਕਾਫੀ ਬਣਾਉਣਾ ਨੈਪੀ ਬਣਾ ਲੈਣੀ ਹੈ ਤੇ ਸਾਡਾ ਸ਼ੈਂਪੂ ਵੀ ਬਣ ਕੇ ਤਿਆਰ ਹੋ ਗਿਆ ਦੇਖੋ ਦੇਖੋ ਜੀ ਇੱਧਰ ਲੱਗ ਗਿਆ ਤੜਕਾ ਤੇ ਹੁਣ ਬਣੇ ਤੋਂ ਪਤਾ ਲੱਗੂਗਾ ਵੀ ਕੀ ਬਣ ਰਿਹਾ ਜੋ ਵੀ ਬਣਾਉਣਗੇ ਵਧੀਆ ਹੀ ਬਣੂਗੇ ਇੱਕ ਦਿਨ ਪਹਿਲਾਂ ਬਣਾਇਆ ਸੀ ਉਹ ਵੀ ਬਹੁਤ ਸਵਾਦ ਬਣਿਆ ਸੀਗਾ ਬ੍ਰੈਡ ਦੇ ਵਿੱਚ ਬ੍ਰੈਡ ਬਣਾਏ ਸੀ ਜਿਹੜੇ ਉਹਦੇ ਕੈਪਸਿਕਮ ਉਹ ਵੀ ਬਹੁਤ ਸਵਾਦ ਬਣਿਆ ਸੀ ਜਦੋਂ ਹੁਣ ਬਣ ਗਿਆ ਉਦੋਂ ਤੁਹਾਨੂੰ ਦਿਖਾਉਂਦੇ ਹਾਂ ਵੀ ਕੀ ਬਣਨਾ ਅਤੇ ਤੁਹਾਨੂੰ ਨਾਲ ਨਾਲ ਦੱਸਾਂਗੇ ਇਹ 'ਚ ਕੀ ਪਾਇਆ ਲਓ ਜੀ ਮਸਾਲਾ ਭੁੱਜ ਗਿਆ ਜਿਹੜੇ ਪਿਆਜ਼ ਤੇ ਆਲੂ ਥੋੜੇ ਜਿਹੇ ਹੈਗੇ ਹਲੇ ਤੋਂ ਇਹਨਾਂ ਨੂੰ ਬਣ ਜਾਣਗੇ ਇਹਦੇ ਚੱਟੀ ਠੀਕ ਆ ਇਹਦੇ ਨਾਲ ਲਾ ਲਓ ਬਣ ਜੂਗੀ ਹੁਣ ਤੇ ਇਹਦੇ ਨਾਲ ਬਣ ਜਾਣਗੇ ਖਿਲਾ ਰਹੀ ਤੁਹਾਡਾ ਤੜਕਾ ਪਿਆ ਤੇ ਇਹਨੇ ਭੁੰਨ ਲਏ ਤੇ ਅੱਜ ਬਣਾਉਣੀ ਹੈਗੀ ਸੋਇਆ ਬੜੀਆਂ ਦੀ ਭੁਰਜੀ ਤੇ ਇਹਨੇ ਭਿਉਂਤੀ ਸੀਗੀ ਹੁਣ ਪਾਉਗੇ ਲੂਣ ਮਿਰਚ ਸਵਾਦ ਅਨੁਸਾਰ ਤੇ ਇੱਧਰ ਹਰਸ਼ ਬਣਾ ਕੇ ਗਿਆ ਮੈਕਰੋਨੀ ਵਿੱਚ ਹੀ ਸਬਜ਼ੀਆਂ ਪਾਤੀਆਂ ਉਹਨੇ ਕੱਟ ਕੇ ਅਤੇ ਵਿੱਚ ਹੀ ਪਨੀਰ ਪਾ ਗਿਆ ਉਹ ਅਤੇ ਗਿਆ ਗਾ ਉਹ ਦੁੱਧ ਲੈਣ ਅਤੇ ਇੱਧਰ ਗਗਨ ਤੜਕਾ ਲਾਈ ਜਾਂਦੀ ਹੈਗੀ ਜਾਂਦੀ ਅੱਜ ਸਾਡਾ ਕੋਈ ਸਬਜ਼ੀ ਨੂੰ ਜੀ ਨਹੀਂ ਸੀ ਕਰਦਾ ਅਤੇ ਮੈਂ ਕਿਹਾ ਇਹੀ ਬਣਾਉਂਦੇ ਹੈਗੇ ਥੋੜ੍ਹੀ ਸਬਜ਼ੀ ਪਈ ਹੈਗੀ ਉਹ ਜੀ ਹੁਣ ਅਸੀਂ ਖਾ ਕੇ ਦੇਖਦੇ ਹਾਂ ਹੱਥ ਲੈ ਕੇ ਆਇਆ ਹੱਥ ਨੇ ਬਣਾਈ ਹੈਗੀ ਨਵੀਂ ਤਾਂ ਉਹ ਲਈ ਬੈਠੀ ਕੀ ਹੈ ਖਾਂਦੀ ਲੈ ਲੈ ਚੈਣਾ ਜੇ ਤੁਰੀ ਫਿਰਦੀ ਹੈਗੀ ਲਓ ਜੀ ਆਹ ਨਾ ਪੱਕਦਾ ਹੈਗਾ ਪਰਨੇ ਦਾ ਸੂਤੀ ਕੱਪੜਾ ਹੈਗਾ ਸੂਤੀ ਕੱਪੜਾ ਲੈ ਲੈਣਾ ਆਪਾਂ ਤੇ ਇਹਨੂੰ ਥੋੜ੍ਹਾ ਥੋੜ੍ਹਾ ਕਰਕੇ ਬੁਣ ਲੈਣਾ ਗਰਮ ਦੇਖੋ ਝੰਗ ਨਿਕਲਦੀ ਇਹੋ ਜਿਹਾ ਸ਼ੈਂਪੂ ਬਣਨਾ ਬਸ ਇਹਨੇ ਆਈ ਨਿਕਲਣਾ ਤੇ ਨਿਤਰ ਜੂਗਾ ਬਾਅਦ ਚ ਸਾਡੀ ਭੁਰਜੀ ਵਧੀਆ ਬਣ ਗਈ ਅਤੇ ਇੱਧਰ ਮੈਂ ਆਪਦੇ ਵਾਸਤੇ ਅਸੀਂ ਪਾ ਲਈ ਅਤੇ ਲਿਆ ਗਏ ਰੋਟੀ ਆਹ ਵਾਲਾ ਪਨੀਰ ਗ੍ਰੇਸੀ ਨੂੰ ਪਾਵਾਂਗੇ ਅਸੀਂ ਅਤੇ ਚਲੋ ਜੀ ਆਪਣੀ ਰੋਟੀ ਲੱਗ ਗਈ ਦਹੀਂ ਹੈਣਗੇ ਹੈ ਨਾ ਅੱਜ ਬਣਾ ਲਾਂਗੇ ਆਹੋ ਆਹ ਸਬਜ਼ੀ ਪਈ ਹੈ ਪੁੱਛਦੀ ਐਵੇਂ ਜੇ ਖਾਣੀ ਹੋ ਤਾਂ ਚਲੋ ਜੀ ਆਪਾਂ ਖਾਂਦੇ ਹੁਣ ਰੋਟੀ ਆ ਜਾਓ ਤੁਸੀਂ ਵੀ ਖਾ ਲਓ ਅਤੇ ਚਲੋ ਜੀ ਹੁਣ ਆਪਾਂ ਵੀਡੀਓ ਦੀ ਕਰਾਂਗੇ ਸਮਾਪਤੀ ਬਾਹਰ ਅੱਜ ਵਧੀਆ ਠੰਡਾ ਠੰਡਾ ਮੌਸਮ ਹੋਇਆ ਪਿਆ ਹੈਗਾ
ਤੇ ਅੱਜ ਤਾਂ ਅਸੀਂ ਏਸੀ ਵੀ ਨਹੀਂ ਚਲਾਇਆ ਹੈਗਾ, ਪੱਖੇ ਦੀ ਹਵਾ ਹੀ ਵਧੀਆ ਠੰਡੀ ਠੰਡੀ ਹੁੰਦੀ ਹੈਗੀ। ਅਤੇ ਜਿਹੜਾ ਆਪਾਂ ਨੇ ਸ਼ੈਂਪੂ ਬਣਾਇਆ ਹੈਗਾ ਹੈ ਨਾ, ਉਹ ਬਹੁਤ ਵਧੀਆ ਬਣਿਆ ਹੈਗਾ ਅਤੇ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ। ਗਗਨ ਤਾਂ ਹੁਣੇ ਹੀ ਨਹਾਉਂਗੀ, ਉਹ ਕਹਿੰਦੇ ਮੈਂ ਤਾਂ ਹੁਣੇ ਹੀ ਨਹਾਉਂਗੀ। ਜੇ ਸ਼ੈਂਪੂ ਨੂੰ ਆਪਾਂ ਹੈ ਨਾ ਲੋਹੇ ਦੇ ਭਾਂਡੇ ਵਿੱਚ ਬਣਾਉਂਦੇ ਤਾਂ ਇਸ ਤੋਂ ਵੀ ਜ਼ਿਆਦਾ ਵਧੀਆ ਲੱਗਦਾ ਬਣਦਾ, ਮਤਲਬ ਲੱਗਦਾ ਕਿ ਨਹੀਂ ਜ਼ਿਆਦਾ ਵਧੀਆ ਬਣਦਾ। ਆ ਜਾ, ਨਹੀਂ ਅਤੇ ਉਹ ਹੁਣ ਫਿਰ ਆਪਾਂ ਨੇ ਸਟੀਲ ਦੇ ਭਾਂਡੇ 'ਚ ਬਣਾਇਆ ਸੀਗਾ ਅਤੇ ਉਹਦੇ 'ਚ ਵੀ ਚਲੋ ਵਧੀਆ ਬਣ ਗਿਆ। ਅਤੇ ਉਹ ਜਿਵੇਂ ਜਿਵੇਂ ਪਿਆ ਰਹੂਗਾ ਉਵੇਂ ਉਹਦਾ ਕਲਰ ਜਿਹੜਾ ਚੇਂਜ ਹੋਈ ਜਾਊਗਾ, ਜਿਵੇਂ ਵੀ ਕਾਲਾ ਬਣ ਜੂਗਾ ਅਤੇ ਵਧੀਆ ਉਹਦੇ ਨਾਲ ਵਾਲ ਵੀ ਵਧੀਆ ਸਿਲਕੀ ਰਹਿਣਗੇ ਅਤੇ ਸ਼ਾਈਨਿੰਗ ਵੀ ਆਊਗੀ, ਵਾਲਾਂ 'ਚ ਚਮਕ ਵੀ ਆਊਗੀ। ਅਤੇ ਜਿਨ੍ਹਾਂ ਦੇ ਘੰਗਰਾਲੇ ਜੇ ਉਹ ਵੀ ਸਿੱਧੇ ਹੋਣ ਲੱਗ ਜਾਂਦੇ ਹੌਲੀ ਹੌਲੀ, ਮਤਲਬ ਵੀ ਥੋੜ੍ਹਾ ਫਰਕ ਪੈਣ ਲੱਗ ਜਾਂਦਾ ਹੈਗਾ। ਅਤੇ ਚਲੋ ਜੀ, ਵੀਡੀਓ ਦੀ ਕਰਾਂਗੇ ਆਪਾਂ ਸਮਾਪਤੀ, ਮਿਲਦੇ ਇੱਕ ਨਵੀਂ ਹੋਰ ਵੀਡੀਓ ਦੇ ਨਾਲ। ਤਦ ਤੱਕ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।